ਮਾਨਸਾ ਦੇ ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਪਿਛਲੇ 2 ਮਹੀਨੇ ਤੋਂ ਕਲਾਸਾਂ ਨਾ ਲੱਗਣ ਦੇ ਰੋਸ ਵਜੋਂ ਵਿਦਿਆਰਥਣਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਕਰਕੇ ਵਿਦਿਆਰਥਣਾਂ ਨੂੰ ਕਾਲਜ ਵਿੱਚ ਕਲਾਸਾਂ ਨਾ ਲੱਗਣ ਕਾਰਨ ਉਹਨਾਂ ਨੂੰ ਨਿਰਾਸ਼ ਕਰ ਵਾਪਸ ਪਰਤਣਾ ਪੈਂਦਾ ਹੈ। ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਕਾਲਜ ਵਿੱਚ ਪ੍ਰੋਫੈਸਰਾਂ ਦੀ ਕਮੀ ਹੈ ਪਰ ਪ੍ਰਸ਼ਾਸਨ ਉਸ ਨੂੰ ਪੂਰਾ ਨਹੀਂ ਕਰ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਸਾਡੇ ਕਾਲਜ 'ਚ ਕਲਾਸਾਂ ਨਹੀਂ ਲੱਗ ਰਹੀਆਂ, ਜਿਹੜੇ PTA ਟੀਚਰ ਨੇ ਉਹਨਾਂ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ। ਇਹ ਗਿਆ ਕਿ ਵੀ ਹੁਣ ਇੱਥੇ ਕਾਲਜ 'ਚ ਕੋਈ ਉਹ ਨਹੀਂ ਹੁੰਦਾ, ਅਤੇ ਇਸ ਲਈ ਸਾਡੇ ਕਾਲਜ 'ਚ ਧਰਨਾ ਲੱਗਿਆ ਅਤੇ ਸਾਰੇ ਸਟੂਡੈਂਟ ਅਸੀਂ ਇਕੱਠੇ ਹੋ ਕੇ ਧਰਨਾ ਲਾ ਰਹੇ ਹਾਂ ਕਿ ਵੀ ਸਾਡੀ ਕਲਾਸਾਂ ਨਹੀਂ ਲੱਗਦੀਆਂ। ਜਦੋਂ ਵੀ ਕਿਸੇ ਵੀ ਟੀਚਰ ਤੋਂ ਪੁੱਛਿਆ ਜਾਂਦਾ ਵੀ ਸਾਡੀ ਕਲਾਸਾਂ ਕਿਉਂ ਨਹੀਂ ਲੱਗ ਰਹੇ, ਤਾਂ ਉਹ ਅਨਸੀਨ ਕਰਕੇ ਸਾਰੇ ਮੈਸੇਜ ਛੱਡ ਦਿੰਦੇ ਆ ਵੀ ਇਹ ਕਹਿ ਕੇ ਵੀ ਤੁਹਾਡਾ ਦੇਖ ਲਾਂਗੇ ਵੀ ਕਿਵੇਂ, ਜਦੋਂ ਲੱਗੀਆਂ ਕਲਾਸ ਤੁਹਾਨੂੰ ਬੁਲਾ ਲਿਆ ਜਾਊਗਾ ਜਾਂ ਤੁਹਾਨੂੰ ਗਰੁੱਪ 'ਚ ਮੈਸੇਜ ਕੀਤਾ ਜਾਊਗਾ। ਇਹ ਕਹਿ ਕੇ ਸਾਡੇ ਸਾਰੀਆਂ ਕਲਾਸ ਦੀਆਂ ਕੁੜੀਆਂ ਨੂੰ ਟਾਲ ਦਿੱਤਾ ਜਾਂਦਾ ਗਾ। ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਵੀ PTA ਟੀਚਰ ਸਾਰਿਆਂ ਨੂੰ ਕਾਲਜ ਵਿੱਚ ਦੂਰੀ ਬਾਰ ਅੰਦਰ ਕੀਤਾ ਜਾਵੇ ਅਤੇ ਸਾਡੀਆਂ ਕਲਾਸਾਂ ਚਾਲੂ ਕੀਤੀਆਂ ਜਾਣ। ਸਾਡੀਆਂ ਕਾਫੀ ਟਾਈਮ ਤੋਂ 2 ਮਹੀਨੇ ਹੋ ਚੁੱਕੇ ਆ, ਕਲਾਸਾਂ ਨਹੀਂ ਲੱਗ ਰਹੀਆਂ, ਅਤੇ PTA ਟੀਚਰਸ ਨੇ ਜਿਹੜੇ ਉਹਨਾਂ ਨੇ ਵੀ ਧਰਨਾ ਲਗਾਇਆ ਹੋਇਆ। ਅਸੀਂ ਸਾਰੇ ਇਕੱਠੇ ਹਾਂ, ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਜਿਹੜੀਆਂ ਸਾਡੀਆਂ ਕਲਾਸਾਂ ਲੱਗਣ, ਅਤੇ ਜਿਹੜੇ PTA ਟੀਚਰਸ ਨੇਗੇ ਉਹਨਾਂ ਤੋਂ ਸਾਡੇ ਤੋਂ ਫੰਡ ਤਾਂ ਲੈ ਲਿਆ ਜਾਂਦਾ ਪਰ ਅੱਗੇ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ, ਅਤੇ ਇਸ ਕਰਕੇ ਅਸੀਂ ਅੱਜ ਕਾਲਜ ਦੇ ਵਿੱਚ ਧਰਨਾ ਲਗਾਇਆ ਹੋਇਆ ਹੈਗਾ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡੀਆਂ ਕਲਾਸਾਂ ਲਗਾਈਆਂ ਜਾਣ। ਸਾਡੇ ਕਾਲਜ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਲਾਸਾਂ ਨਹੀਂ ਲੱਗਦੀਆਂ ਹੈਗੀਆਂ ਕਿਉਂਕਿ PTA ਟੀਚਰ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ। ਇਸ ਕਰਕੇ ਸਾਨੂੰ ਬਹੁਤ ਹੀ ਦਿੱਕਤ ਆਉਂਦੀ ਹੈ। ਅਸੀਂ ਬਹੁਤ ਦੂਰ ਦੂਰ ਪਿੰਡਾਂ 'ਚੋਂ ਆਉਂਦੇ ਹੈਗੇ ਕਾਲਜ ਪੜ੍ਹਨ ਲਈ, ਲੇਕਿਨ ਸਾਡੀਆਂ ਕਲਾਸਾਂ ਨਹੀਂ ਲੱਗਦੀਆਂ ਹੈਗੀਆਂ। ਇਸ ਕਰਕੇ ਸਾਨੂੰ ਅਸੀਂ ਧਰਨਾ ਲਾਇਆ ਮਾਤਾ ਸੁੰਦਰੀ ਕਾਲਜ ਵਿੱਚ ਵੀ ਸਾਡੀਆਂ ਕਲਾਸਾਂ ਲੱਗਣ ਅਤੇ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਾਂਗੇ। ਜੇਕਰ ਇਹਨਾਂ ਨੇ ਹਜੇ ਵੀ ਗੱਲ ਨਾ ਸੁਣੀ ਤਾਂ ਅਸੀਂ ਤਿੱਖੀ ਰੋਸ ਪ੍ਰਦਰਸ਼ਨ ਕਰਾਂਗੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।